ਕਿਬਾ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ 2017 ਜਿਹੜਾ ਨਵਾਂ ਬਹਾਰ ਆ ਰਿਹਾ ਹੈ ਉਸ ਦੀਆਂ ਸ਼ੁਭਕਾਮਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ ਅ ਦੇਖੋ ਅਸੀਂ ਲੇਖਾ ਜੋਖਾ 2016 ਦਾ ਕੀਤਾ ਹੈ politically ਬਹੁਤ ਸਾਰੇ ਇਸ਼ੂ ਹੋਏ ਪਰ ਜਿਹੜੇ ਆ ਇਸ ਪੀਰੀਅਡ ਦੇ ਵਿੱਚ ਜਿਹੜੇ ਲਾਸਸ ਹੋਏ ਉਹਨਾਂ ਦੇ ਵਿੱਚ ਜਿਵੇਂ ਫਿਡਲ ਕਾਸਟਰੋ ਕਿਊਬਾ ਦੇ ਜੀ ਔਰ ਸਾਡੇ ਉਸ ਖੇਤੇ ਦੇ ਵਿੱਚ ਜੈ ਲਲਤਾ ਜਿਹੜਾ ਕਿ ਬੜਾ ਇਸ਼ੂ ਵੀ ਇਸ ਵੇਲੇ ਬਣਿਆ ਔਰ ਪੋਲੀਟੀਕਲੀ ਪਾਰ ਦੇ ਵਿੱਚ ਜਿਹੜੀ ਦੋ ਸਟੇਟਾਂ ਜਿਹੜੀਆਂ اپੋਜ਼ ਸੀ ਮੋਦੀ ਨੂੰ ਯੂਪੀ ਔਰ ਤਾਮਿਲਨਾਡ ਉਹਦੇ ਵਿੱਚ ਉਹਨਾਂ ਨੇ ਪੂਰਾ ਆਪਣੀ ਪਹੁੰਚ ਬਣਾ ਲਈ ਔਰ ਉਹਨਾਂ ਨੂੰ ਵੰਡ ਕੇ ਰੱਖ ਦਿੱਤਾ ਯੂਪੀ ਦੇ ਵਿੱਚ ਪਿਓ ਪੁੱਤਰ ਆਹਮੋ ਸਾਹਮਣੇ ਨੇ ਉਹਨਾਂ ਨੇ ਲਿਸਟਿਕ ਜਾਰੀ ਕੀਤੀ ਸੀ ਮੁਲਾਇਮ ਸਿੰਘ ਯਾਦਵ ਨੇ ਹੁਣ ਅਵਿਲੇਖ ਯਾਦਵ ਨੇ ਕਰ ਦਿੱਤਾ ਜੋ ਟੁੱਟਣ ਵਾਲ ਵਾਦੀ ਨਹੀਂ ਰਹੀ ਆਲਮੋਸਟ ਟੁੱਟ ਗਈ ਹੈ ਪਾਰਟੀ ਉਹਦਾ ਫਾਇਦਾ ਬੀਜੇਪੀ ਯੂਪੀ ਚ ਹਲਣਾ ਚ ਲੈਣਾ ਚਾਹੇਗੀ ਇਵੇਂ ਹੀ ਤਾਮਿਲਨਾਡ ਦੇ ਵਿੱਚ ਵੀ ਉਹਨਾਂ ਨੇ ਇਸ ਕਿਸਮ ਦਾਈ ਮਾਹੌਲ ਆਨਾਂ ਡੀਐਮ ਕੇ ਦੇ ਵਿੱਚ ਕ੍ਰੀਏਟ ਕੀਤਾ ਸੋ ਅ ਅਸੀਂ ਇਹ ਸਮਝਦੇ ਹਾਂ ਵੀ ਹਿੰਦੂਤਵੀ ਉੱਥੇ ਕੁਆਇਟ ਇਸ ਵੇਲੇ ਮਜ਼ਬੂਤ ਕਦਮ ਨੇ ਉਹਨਾਂ ਦੇ ਅ ਅਸਾਮ ਦੇ ਵਿੱਚ ਉਹਨਾਂ ਦੀ ਸਰਕਾਰ ਬਣੀ ਹੈ ਗੋਆ ਚ ਉਹਨਾਂ ਦੀ ਪਹਿਲਾਂ ਹੀ ਸੀ ਔਰ ਇਹ ਉਹਨਾਂ ਦੇ ਲਈ ਵਿਕਟਰੀਜ਼ ਜਿਹੜੀਆਂ ਨੇ ਨਾਰਥ-ਈਸਟ ਦੇ ਵਿੱਚ ਜਾ ਕੇ ਔਰ ਈਵਨ ਗੋਆ ਵਰਗੀ ਸਟੇਟ ਉਹਨਾਂ ਦੇ ਕੋਲ ਹੈ ਅ ਇਹ ਦੱਸ ਰਿਹਾ ਹੈ ਵੀ ਇਸ ਵੇਲੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਹਿੰਦੂਤਵਾ ਦਾ ਬੋਲਬਾਲ ਹੈ ਜੀ ਅ ਮੈਂ ਕਿਵੇਂ ਨਵੇਂ ਵਰੇ ਦੀ ਗੱਲ ਕਰਾਂ ਹਾਲਾਂ ਚਲੋ ਇੱਕ ਸੁਭਾ ਕਰਕੇ ਮੈਂ ਆਪਟਿਮਿਸਟ ਐ ਔਰ ਜਦੋਂ ਵੀ ਕੋਈ ਖੁਸ਼ੀ ਖੇੜੇ ਦੀ ਗੱਲ ਕਰਦਾ ਤੇ ਅ ਕੋਈ ਰੰਗ ਚ ਭੰਗ ਵੀ ਨਹੀਂ ਪਾਉਣਾ ਚਾਹੁੰਦੇ ਪਰ ਬਹੁਤ ਵਾਰ ਬਾਬਾ ਬੁੱਲੇ ਸ਼ਾਹ ਵੀ ਟਿੱਕੇ ਨਹੀਂ ਬਹਿਣ ਦਿੰਦਾ ਜਦੋਂ ਬੁੱਲੇ ਸ਼ਾਹ ਦੀ ਇਹ ਗੱਲ ਆਂਦੀ ਹੈ ਜ਼ੁਬਾਨ ਤੇ ਜਾਂ ਦਿਲ ਚ ਕੇ ਵੀ ਸੱਚ ਬੋਲੇ ਆ ਭੰਬੜ ਮੱਚਦਾ ਏ ਝੂਠ ਬੋਲੇ ਪਾ ਕੁਛ ਬਚਦਾ ਏ ਜੀ ਦੋਆ ਗੱਲਾਂ ਤੋਂ ਜੱਕਦਾ ਏ ਜੱਜ ਜੱਜ ਕੇ ਜੇ ਵਾ ਕਹਿੰਦੀ ਏ ਮੂੰਹ ਆਈ ਬਾਤ ਨਾ ਰਹਿੰਦੀ ਏ ਤੇ ਹੁਣ ਮੂੰਹ ਆਈ ਬਾਤ ਇਹ ਹੈ ਕਿ ਗੁਲਾਮਾਂ ਦੀ ਕਾਦੀ ਖੁਸ਼ੀ ਹੁੰਦੀ ਹੈ ਗੁਲਾਮਾਂ ਦੇ ਕਾਦੇ ਨਵੇਂ ਵਰੇ ਹੁੰਦੇ ਨੇ ਗੁਲਾਮ ਨੇਸ਼ਨਸ ਪਰਸੀਕਿਊਟਡ ਨੇਸ਼ਨਸ ਉਹ ਤਾਂ ਆਪਣੀ ਮੰਦ ਹਾਲੀ ਆਪਣੀ ਦੁਖਦਾਈ ਹਾਲਤ ਦੇ ਉੱਤੇ ਬਰੂਡ ਓਵਰ ਕਰਨ ਉਸ ਨੂੰ ਸਮਝਣ ਔਰ ਉਸ ਤੋਂ ਛਟਕਾਰਾ ਹਾਸਲ ਕਰਨ ਦੇ ਲਈ ਆਜ਼ਾਦੀ ਦੇ ਲਈ ਪੇਸ਼ਕਦਮੀ ਕਰਨ ਇਹੀ ਉਹਨਾਂ ਦਾ ਰਿਜ਼ੋਲਵ ਹੁੰਦਾ ਔਰ ਜਦੋਂ ਅਸੀਂ ਇਵਨ ਇਹ ਵਰਿਆਂ ਦੀ ਗੱਲ ਕਰਦੇ ਜਿਸ 2017 ਦੇ ਨਵੇਂ ਵਰੇ ਨੂੰ ਅਸੀਂ ਖੁਸ਼ ਆਮਦੀਦ ਕਹਿ ਰਹੇ ਹਾਂ ਦੁਨੀਆ ਭਰ ਦੇ ਵਿੱਚ ਗਰੀਟਿੰਗ ਕਾਰਡਸ ਈਮੇਲ ਗਰੀਟਿੰਗਸ ਫੋਨ ਕਾਲਾਂ ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ 200 ਬਿਲੀਅਨ ਡਾਲਰ ਦੀਆਂ ਗਿਫਟਸ ਇੱਥੇ ਐਕਸਚੇਂਜ ਹੋਣਗੀਆਂ ਹੁਣ ਇਹ ਸਾਲ ਜਿਹੜਾ ਜਦੋਂ 2017 ਲਿਖਿਆ ਜਾਂਦਾ ਹੈ ਏ ਡੀ ਲਿਖਿਆ ਜਾਂਦਾ ਹੈ ਐਨੋ ਡੋਮੀ ਐਨੋ ਡੋਨੀ ਲਾਤੀਨ ਜ਼ਬਾਨ ਦਾ ਸ਼ਬਦ ਹੈ ਜਿਹਦਾ ਮਤਲਬ ਹੈ ਇਨ ਦਾ ਈਅਰ ਆਫ ਆਵਰ ਲਾਰਡ ਸਾਡੇ ਰੱਬ ਦੇ ਸਾਲ ਦੇ ਵਿੱਚ ਇਹ ਜੀਸਸ ਦੇ ਜਨਮ ਨਾਲ ਜੁੜਿਆ ਹੋਇਆ ਹੁਣ ਉਹੀ ਜੀਸਸ ਜਿਸ ਨੂੰ ਹੋਰ ਦੋ ਦਿਨਾਂ ਨਾਲ ਕ੍ਰਿਮੀਨਲ ਬਣਾ ਕੇ ਕ੍ਰੂਸੀਫਾਈ ਕਰ ਦਿੱਤਾ ਗਿਆ ਸੀ ਸਲੀਪ ਤੇ ਲਟਕਾ ਦਿੱਤਾ ਗਿਆ ਸੀ ਪਰ ਜਦੋਂ ਇਹਨਾਂ ਦੇ ਹੱਥ ਪੋਲੀਟੀਕਲ ਪਾਵਰ ਆਈ ਰੋਮਨ एंपਾਇਰ ਇਸਾਈ ਬਣੇ ਫਿਰ ਜਿੱਥੇ-ਜਿੱਥੇ ਇਸਾਈਆਂ ਦਾ ਰਾਜ ਹੋਇਆ ਯੂਰਪ ਦਾ ਜਿੱਥੇ ਬੋਰਬਾਲਾ ਕਲੋਨੀਅਲ ਜਿਹੜੇ ਨੇ ਪਹੁੰਚੇ ਉੱਥੇ-ਉੱਥੇ ਅੰਗਰੇਜ਼ਾਂ ਇਹਨਾਂ ਦੀ ਸਭਿਅਤਾ ਵੀ ਪਹੁੰਚੀ ਔਰ ਅੱਜ ਜੀਸਸ ਦਾ ਜਨਮ ਜਿਹੜਾ ਹੈ ਉਹੀ ਦੁਨੀਆ ਦਾ ਕੈਲੰਡਰ ਬਣ ਗਿਆ ਇਹ ਪੋਲੀਟੀਕਲ ਪਾਵਰ ਦਾ ਕ੍ਰਿਸ਼ਮ ਹੈ ਜੀ ਇਸਲਾਮ ਦੇ ਹਵਾਲੇ ਨਾਲ ਅਸੀਂ ਦੇਖੀਏ ਕਿ ਇਸਲਾਮ ਚ ਹਿਜਰੀ ਸੰਮਤ ਹੈ 55 ਤੋਂ ਜ਼ਿਆਦਾ ਦੇਸ਼ ਨਹੀਂ ਮੁਸਲਮਾਨਾਂ ਦੇ ਔਰ ਜਦੋਂ ਹਜ਼ਰਤ ਸਾਹਿਬ ਹਜ਼ਰਤ ਮੁਹੰਮਦ ਸਾਹਿਬ ਹਿਜਰਤ ਕਰਕੇ ਮੱਕੇ ਤੋਂ ਮਦੀਨੇ ਗਏ ਸਨ ਉਸ ਦੇ ਨਾਲ ਜਿਹੜਾ ਹਿਜਰੀ ਸਾਲ ਜੁੜਿਆ ਸੋ ਜੇ ਪੋਲੀਟੀਕਲ ਪਾਵਰ ਨਾ ਹੁੰਦੀ ਮੁਸਲਮਾਨਾਂ ਦੇ ਕੋਲ ਦੁਨੀਆ ਦੇ ਵਿੱਚ ਅੱਜ 55 ਦੇਸ਼ ਨਾ ਹੁੰਦੇ ਅੱਜ ਦੁਨੀਆ ਦਾ ਲਗਭਗ 70% એનર્ਜੀ ਜਿਹੜੀ ਆ ਉਹ ਮੁਸਲਮਾਨ ਦੇਸ਼ਾਂ ਦੇ ਕੋਲ ਹੈ ਸੋ ਉਹਨਾਂ ਦਾ ਫਿਰ ਹਿਜਰੀ ਸੰਮਤ ਨਾ ਹੁੰਦਾ ਸੋ ਉਹਨਾਂ ਨੇ ਆਪਣੇ ਪ੍ਰੋਫਿਟ ਦੀ ਯਾਦ ਨੂੰ ਸਮਰਪਿਤ ਜਿਹੜਾ ਵਰ੍ਹਾ ਉਹ ਹਿਜਰੀ ਸੰਮਤ ਬਣਾਇਆ ਹਿੰਦੂਆਂ ਦਾ ਬਿਕਰਮੀ ਕੈਲੰਡਰ ਹਿੰਦੂ ਕੈਲੰਡਰ ਬਿਕਰਮਾ ਦੇਤ ਦੇ ਨਾਲ ਇਸੇ ਤਰ੍ਹਾਂ ਬਾਕੀਆਂ ਦਾ ਪਰ ਅਫਸੋਸ ਕਿ ਸਾਡੀ ਕੌਮ ਜਿਹੜੀ ਇੱਕ ਆਜ਼ਾਦ ਨੇਸ਼ਨ ਦੇ ਤੌਰ ਤੇ ਪੈਦਾ ਹੋਈ 1699 ਈਸਵੀ ਨੂੰ ਅੱਜ ਤੋਂ ਲਗਭਗ 150 ਸਾਲ ਪਹਿਲਾਂ 1859 ਤੱਕ ਜਿਹੜਾ ਉਹਨਾਂ ਦੇ ਕੋਲ 1.5 ਲੱਖ ਮਰਬਾ ਮੀਲ ਵਾਲੀ ਜਿਹੜੀ ਹੈ ਉਹ ਇੱਕ ਸਰਕਾਰੀ ਖਾਲਸਾ ਸੀ ਉਹ ਸੋਵਰਨਸ ਹਨ ਬਾਕੀਆਂ ਨੂੰ ਵੀ ਉਹਨਾਂ ਨੇ ਆਜ਼ਾਦੀ ਦਾ ਨਿਗ ਦਿੱਤਾ ਹੈ ਜੀ ਅੱਜ ਅਸੀਂ ਪਿਛਲੇ 70 ਸਾਲਾਂ ਤੋਂ ਭਾਰਤੀ ਨਕਸ਼ੇ ਵਿੱਚ ਗੁਲਾਮੀ ਔਰ ਉਸ ਕਦਰ ਗੁਲਾਮੀ ਸਾਡਾ ਅਕਾਲ ਤਖਤ ਟੈਂਕਾ ਥੋਪਾ ਨਾਲ ਢਾਇਆ 32 ਸਾਲ ਪਹਿਲਾਂ ਜੋ ਨਵੰਬਰ 84 ਜੋ ਅਗਲੇ 10 ਸਾਲ ਜੋ ਅੱਜ ਹੋ ਰਿਹਾ ਔਰ ਅੱਜ ਸਾਡੀ ਇਨੀ ਬੇਬਸੀ ਹੈ ਕਿ ਅਸੀਂ ਪੰਜਾਬ ਦੀ ਧਰਤੀ ਤੇ ਆਪਣੇ ਇਸ਼ਟ ਆਪਣੇ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਵੀ ਜਿਹੜਾ ਉਹ ਮਹਿਫੂਜ਼ ਨਹੀਂ ਰੱਖ ਪਾ ਰਹੇ। ਸੋ ਸਾਡਾ ਕਾਹਦਾ ਨਵਾਂ ਵਰ ਹੈ? ਸਾਡੇ ਲਈ ਇਹ ਇੱਕ ਜ਼ਲਾਲਤ ਹੈ ਔਰ ਹਰ ਸਾਲ ਜਦੋਂ ਬੀਤਦਾ ਹੈ ਤੇ ਫਿਰ ਮੇਰੇ ਮਨ 'ਚ ਇਹੀ ਆ ਰਿਹਾ ਹੁੰਦਾ ਹੈ ਕਿ ਸਾਡੀ ਜ਼ਲਾਲਤ ਦਾ ਇੱਕ ਸਾਲ ਹੋਰ ਲੰਘ ਗਿਆ। ਕਦੋਂ ਤੱਕ ਅਸੀਂ ਇਸ ਗੁਲਾਮੀ ਇਸ ਜ਼ਲਾਲਤ ਦੇ ਵਿੱਚ ਜੀਵਾਂਗੇ ਔਰ ਅਸੀਂ ਉਹਨਾਂ ਆਪਣੇ ਯੋਧਿਆਂ ਨੂੰ ਖਰਾਜੇ ਅਕੀਦਤ ਪੇਟ ਕਰਦੇ ਜਿਨ੍ਹਾਂ ਨੇ ਪਿਛਲੇ 7 ਦਹਾਕਿਆਂ ਚ 70 ਸਾਲ ਚ ਪਰ 3 ਦਹਾਕਿਆਂ ਚ ਖਾਸ ਤੌਰ ਤੇ ਆਜ਼ਾਦੀ ਦੇ ਲਈ ਕੌਮੀ ਕਰ ਖਾਲਸਤਾਨ ਬਣਾਉਣ ਦੇ ਲਈ ਆਪਣੇ ਘਰ-ਬਾਰ ਛੱਡੇ ਉਸ ਰਸਤੇ ਦੇ ਉੱਤੇ ਸੱਚ ਦੀ ਡਗਰ ਦੇ ਉੱਤੇ ਤੁਰੇ ਪ੍ਰੇਮ ਦੇ ਮਾਰਗ ਦੇ ਉੱਤੇ ਤੁਰੇ ਔਰ ਹਰ ਹਾਲਤ ਦੇ ਵਿੱਚ ਆਪਣੇ ਆਪ ਨੂੰ ਇਸ ਕੇਸਰੀ ਝੰਡੇ ਨੂੰ ਉੱਚਾ ਰੱਖਣ ਦੇ ਲਈ ਆਪਣੇ ਸਰੀਰਾਂ ਦੇ ਨਜ਼ਰਾਨੇ ਗੁਰੂ ਚਰਨਾ ਦੇ ਵਿੱਚ ਪੇਟ ਕੀਤੇ ਸੋ ਉਹਨਾਂ ਦੇ ਵਿੱਚ ਬਾਬਾ ਗੁਰਬਚਨ ਸਿੰਘ ਮਾਨੋਚਾਲ ਉਹ ਸ਼ਖਸੀਅਤ ਸਨ ਜਿਨ੍ਹਾਂ ਨੇ ਜਦੋਂ 26 ਜਨਵਰੀ 1986 ਨੂੰ ਸਰਬੱਤ ਖਾਲਸਾ ਅਕਾਲ ਤਖਤ ਸਾਹਿਬ ਤੇ ਹੋਇਆ ਜਿਹੜੀ ਪੰਜ ਮੈਮਰੀ ਪੰਥਕ ਕਮੇਟੀ ਬਣਾਈ ਗਈ ਸੀ ਉਹਦੇ ਉਹ ਮੁਖੀ ਸਨ ਔਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ ਹੀ ਪੰਥਕ ਕਮੇਟੀ ਦੇ ਮੁਖੀ ਦੇ ਤੌਰ ਤੇ 29 ਅਪ੍ਰੈਲ 1986 ਨੂੰ ਖਾਲਸਤਾਨ ਦਾ ਐਲਾਨਨਾਮ ਡਿਕਲੇਰੇਸ਼ਨ ਆਫ ਖਾਲਸਤਾਨ ਜਾਰੀ ਕੀਤਾ ਸੀ ਬੜੇ ਬਹਾਦਰ ਯੋਧੇ ਸਨ 13 ਅਪ੍ਰੈਲ 1978 ਦੇ ਨਰਕਤਾਰੀਆਂ ਨਾਲ ਟਕਰਾਅ ਵੇਲੇ ਵੀ ਉਹਨਾਂ ਦੀ ਲੱਤ 'ਚ ਗੋਲੀ ਲੱਗੀ ਸੀ ਉਹ ਜ਼ਖਮੀ ਹੋਏ ਸਨ ਔਰ ਲਗਭਗ 13 14 ਸਾਲ ਉਹਨਾਂ ਨੇ ਸਟਰਗਲ ਨੂੰ ਲੀਡ ਕੀਤਾ ਫਰਮ ਦਾ ਫਰੰਟ ਉਹ ਕੋਈ ਘਰੀ ਨਹੀਂ ਬੈਠੇ ਪੂਰੇ ਜੰਗ ਦੇ ਮੈਦਾਨ ਵਿੱਚ ਖੱਬੇ ਸੱਜੇ ਔਰ ਉਹਨਾਂ ਦਾ ਨਾਂ ਜਿਹੜਾ ਇੱਕ ਖੌਫ ਪੈਦਾ ਕਰਦਾ ਸੀ ਭਾਰਤੀ ਫੌਜਾਂ ਸਿਕਿਉਰਿਟੀ ਦਸਤਿਆਂ ਦੇ ਮਨਾਂ 'ਚ ਪਰ ਜਿਵੇਂ ਕਿਸੇ ਨੇ ਸੰਤ ਸਪਾਈ ਦੇ ਕਨਸੈਪਟ ਲਈ ਕਿ ਕਿ ਹੱਥ ਉਸ ਬੰਦੂਕ ਦੇ ਟ੍ਰਿਗਰ ਤੇ ਕੋੜੇ ਤੇ ਹੱਥ ਰੱਖਣ ਦਾ ਹੱਕ ਉਹਨੂੰ ਹੀ ਹੈ ਉਹੀ ਉਂਗਲਾਂ ਉਸ ਟ੍ਰਿਗਰ ਤੇ ਟਿਕਣੀਆਂ ਚਾਹੀਦੀਆਂ ਨੇ ਜਿਹੜੀਆਂ ਜਿਹੜੀਆਂ ਸਤਾਰ ਤੇ ਟਿਕਦੀਆਂ ਜਿਹੜੀਆਂ ਕੀਰਤਨ ਕਰ ਜਿਹੜੀਆਂ ਉਂਗਲਾਂ ਦੇ ਨਾਲ ਸਾਜ਼ ਵੱਜਦਾ ਹੈ ਕੀਰਤਨ ਦਾ ਉਹੀ ਉਂਗਲ ਨੂੰ ਹੱਕ ਹੈ ਕਿ ਉਹ ਕੋੜੇ ਦੇ ਉੱਤੇ ਵੀ ਉਂਗਲ ਰੱਖੇ ਇਹੀ ਸੰਤ ਸਪਾਈ ਦਾ ਕਾਨਸੈਪਟ ਹੈ ਔਰ ਬਾਬਾ ਗੁਰਵਚਨ ਸਿੰਘ ਮਾਨੋਚਾਲ ਬੜੀਆਂ ਕੋਮਲ ਬਿਰਤੀਆਂ ਵਾਲੇ ਔਰ ਸ਼ਾਇਰ ਵੀ ਸਨ ਔਰ ਉਹਨਾਂ ਦੀ ਇੱਕ ਨਜ਼ਮ ਜਿਹੜੀ ਅਕਸਰ ਮੈਂ ਜਦੋਂ ਇਹ ਮੌਕਾ ਆਂਦਾ ਹੈ ਤੇ ਉਹ ਮੇਰੀ ਯਾਦਾਂ ਚ ਆ ਜਾਂਦੀ ਹੈ ਕਿ ਉਹਨਾਂ ਨੇ ਇਹ ਸਾਰੇ ਕੌਮੀ ਭਾਵ ਦਾ ਕਿ ਸਾਡੇ ਲਈ ਨਵੇਂ ਵਰੇ ਜਾਂ ਦੂਜੇ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ ਉਹਨਾਂ ਦੀ ਇੱਕ ਛੋਟੀ ਜਿਹੀ ਨਜ਼ਮ ਹੈ ਕਿਵੇਂ ਆਖਾਂ ਨਵਾਂ ਵਰਾ ਮੁਬਾਰਕ ਹੋਵੇ ਬਾਬਾ ਗੁਰਵਜਨ ਸਿੰਘ ਮਾਨੋਚਾਲ ਦੀ ਜੀ ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗਰੀਟਿੰਗ ਕਾਰਡ ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗਰੀਟਿੰਗ ਕਾਰਡ ਐ ਪਰ ਦੋਸਤੋ ਕਿਵੇਂ ਆਖ ਤੁਹਾਨੂੰ ਕਿ ਨਵਾਂ ਵਰਾ ਮੁਬਾਰਕ ਹੋਵੇ ਅਜੇ ਤਾਂ ਮੈਂ ਸੰਭਾਲਦਾ ਫਿਰਦਾ ਆਪਣੀ ਵਿਰਾਸਤ ਅਜੇ ਤਾਂ ਮੈਂ ਸੰਭਾਲਦਾ ਫਿਰਦਾ ਆਪਣੀ ਵਿਰਾਸਤ ਜਿਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਲਬਦਾ ਫਿਰ ਰਹਾ ਬਾਪੂ ਦੀ ਪੱਗ ਤੇ ਲਬਦਾ ਫਿਰ ਰਹਾ ਬਾਪੂ ਦੀ ਪੱਗ ਕਿਤੇ ਰੁਲਦੀ ਪਈ ਠਾਣੇ ਦੀ ਗੁੱਟ ਚ ਹੁਣ ਇਹ ਸਾਡੀ ਤਰਸਦੀ ਨਹੀਂ ਇਹ ਸਾਡੀ ਰੀਅਲ ਹਾਲਤ ਹੈ ਅਜ ਵੀ ਅਜ ਵੀ ਅਸੀਂ ਕਿਵੇਂ ਬੇਪੱਤ ਹੋ ਰਹੇ ਹਾਂ ਅਜੇ ਤਾਂ ਮੈਂ ਸੰਭਾਲਦਾ ਫਿਰਦਾ ਆਪਣੀ ਵਿਰਾਸਤ ਜਿਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ جاری ਹਨ ਤੇ ਲੱਭਦਾ ਫਿਰ ਰਿਹਾ ਬਾਪੂ ਦੀ ਪੱਗ ਕਿਤੇ ਰੁੜਦੀ ਪਈ ਠਾਣੇ ਦੀ ਗੁੱਟ ਚੋ ਅਜੇ ਮੇਰੀ ਮਾਂ ਦੇ ਹੰਝੂ ਨਹੀਂ ਸੁੱਕੇ ਤੇ ਭੈਣਾਂ ਦੇ ਹੋਕੇ ਜਿਨ੍ਹਾਂ ਦਾ ਲਖਤੇ ਜਗਰ ਤੇ ਸੋਹਲ ਫੁੱਲ ਮਦੋਲਿਆ ਗਿਆ ਅਖੌਤੀ ਮੁਕਾਬਲੇ ਚ ਕਿਸੇ ਬਿਆਬਾਨ ਰੋਹੀ ਦੇ ਪੁੱਲ ਤੇ ਜੀ ਅਜੇ ਮੇਰੀ ਮਾਂ ਦੇ ਹੰਝੂ ਨਹੀਂ ਸੁੱਕੇ ਤੇ ਭੈਣਾਂ ਦੇ ਹੋਕੇ ਜਨਾ ਦਾ ਲਖਤੇ ਜਗਰ ਤੇ ਸੋਹਲ ਫਨ ਮਦੋ ਲਿਆ ਗਿਆ ਅਖੌਤੀ ਮੁਕਾਬਲੇ ਚ ਕਿਸੇ ਬਿਆਬਾਨ ਰੋਹੀ ਦੇ ਪੁੱਲਤੇ ਅਜੇ ਤਾਂ ਗਮ ਏ ਲਾਡੋ ਭੈਣ ਦੀ ਚੁੰਨੀ ਗਵਾਚੀ ਜਿਹੜੀ ਦਿੱਲੀ ਦੰਗਿਆਂ ਦੌਰਾਨ ਸੀ ਅਜੇ ਤਾਂ ਗਮ ਏ ਲਾਡੋ ਭੈਣ ਦੀ ਚੁੰਨੀ ਗਵਾਚੀ ਜਿਹੜੀ ਦਿੱਲੀ ਦੰਗਿਆਂ ਦੌਰਾਨ ਸੀ ਅਜੇ ਤਾਂ ਮੈਨੂੰ ਗਮ ਖਾ ਰਿਹਾ ਹੈ ਨਾਜ਼ਕ तितਲੀਆਂ ਦਾ ਅਜੇ ਤਾਂ ਮੈਨੂੰ ਗਮ ਖਾ ਰਿਹਾ ਹੈ ਨਾਜ਼ਕ तितਲੀਆਂ ਦਾ ਜਿਨ੍ਹਾਂ ਦੇ ਖੰਭਾਂ ਦਾ ਰੰਗ ਹੋ ਗਿਆ ਸਫੇਦ ਅਜੇ ਤਾਂ ਮੈਨੂੰ ਚਿੰਤਾ ਹੈ ਕਿ ਸਮੇਂ ਦੀ ਗਰਦਸ਼ ਮੇਰੀ ਪਛਾਣ ਹੀ ਨਾ ਗੁਮ ਹੋ ਜਾਵੇ ਕਿਤੇ ਅਜੇ ਤਾਂ ਮੈਨੂੰ ਚਿੰਤਾ ਹੈ ਕਿ ਸਮੇਂ ਦੀ ਗਰਦਸ਼ ਮੇਰੀ ਪਛਾਣ ਹੀ ਨਾ ਗੁਮ ਹੋ ਜਾਵੇ ਕਿਤੇ ਅਜੇ ਤਾਂ ਮੇਰੀ ਕਲਮ ਕੀਰਦੀ ਰਤ ਦੇ ਹੰਝੂ ਤੇ ਗੌਂਦੀ ਖੂਨ ਦੇ ਸੋਹਲੇ ਅਜਿਹੇ ਭਿਆਨਕ ਮਾਹੌਲ ਵਿੱਚ ਕਿਵੇਂ ਆਖਾਂ ਨਵੇਂ ਵਰਾ ਮੁਬਾਰਕ ਹੋਵੇ ਜਦੋਂ ਸਾਡੇ ਬਾਗੀ ਬਹਾਰ ਆਵੇਗੀ ਜਦੋਂ ਸਾਡੇ ਬਾਗੀ ਬਹਾਰ ਆਵੇਗੀ ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗਰੀਟਿੰਗ ਕਾਰਡ ਐਪਰ ਦੋਸਤ ਜਿਵੇਂ ਆਖਾਂ ਤੁਹਾਨੂੰ ਕਿ ਨਵਾਂ ਵਰਾ ਮੁਬਾਰਕ ਹੋਵੇ ਜੀ ਸੋ ਮੈਂ ਇਸ ਤੋਂ ਇਸ ਦੇ ਵਿੱਚ ਮੈਂ ਕੀ ਐਡ ਕਰ ਸਕਦੇ ਸੋ ਅੱਜ ਵੀ ਲਾਡੋ ਭੈਣ ਦੀ ਗਵਾਚੀ ਚੁੰਨੀ ਬਾਪੂ ਦੀ ਗਵਾਚੀ ਪੱਗ ਮਾਵਾਂ ਦੇ ਹੰਝੂ ਤੇ ਉਹੀ ਬਿਆਬਾਨ ਰੋਹੀ ਦੇ ਝੂਠੇ પોલીસ ਮੁਕਾਬਲੇ ਉਹੀ પોલીસ ਟਾਰਚਰ ਉਹ ਬਰਾਬਰ ਜਾ ਰਹੀ ਹੈ ਤੇ ਅਸੀਂ ਕਿਹੜੀ ਸੈਲੀਬ੍ਰੇਸ਼ਨ ਕਿਹੜੀਆਂ ਖੁਸ਼ੀਆਂ ਮਨਾਉਣ ਦਾ ਹੱਕ ਰੱਖਦੇ ਪਰ ਫਿਰ ਵੀ ਗੁਰੂ ਚਰਨਾ ਅੱਗੇ ਅਰਦਾਸ ਜਿਹੜੀ ਜਿਹੜਾ ਸਾਡਾ ਫਕੀਰਾਂ ਦੇ ਕੋਲ ਰੱਬ ਦੇ ਬੰਦਿਆਂ ਕੋਲ ਅਰਦਾਸ ਹੁੰਦੀ ਹੈ ਔਰ ਤੁਸੀਂ ਇਹੀ ਜਦੋਂ ਗੁਰੂ ਚਰਨਾ ਦੇ ਵਿੱਚ ਅਰਦਾਸ ਕਰਦੇ ਹੋ ਤੇ ਬਾਬਾ ਫਰੀਦ ਦੀ ਇਸ ਕੋਟ ਦੇ ਨਾਲ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਦਾ ਹਾਂ ਫਰੀਦਾ ਬਾਰ ਪਰਾਇ ਬੈਸਨਾ ਸਾਈਂ ਮੁਝੇ ਨ ਦੇ ਜੇ ਤੂੰ ਐਵੇਂ ਰਕਸੀ ਜਿਉਂ શરીਰੋਂ ਲੈ ਜੀ ਸੋ ਜੀ ਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੱਲੇ ਨਿਆਮ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਵਕਫੇ ਤੋਂ ਬਾਅਦ